ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਆ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜੀਵਨ ਵਿੱਚ ਨਾ ਉਹਨਾਂ ਦੀ ਹਾਰ ਵੇਖੀ ਜਿਹਦੇ ਕੋਲ ਨੇ ਮੜੀਆਂ ਸ਼ਹੀਦਾਂ ਦੀਆਂ ਉਸ ਕੌਮ ਦੇ ਬਾਗੀ ਬਹਾਰ ਵੇਖੀ ਪਿਤਾ ਹਰਬੰਸ ਸਿੰਘ ਮਾਤਾ ਹਰਭਜਨ ਕੌਰ ਜਿਹਦੀ ਕੁੱਖੋਂ ਪੈਦਾ ਹੋਇਆ ਮੇਜਰ ਸਿੰਘ ਸਰਦਾਰ ਹੈ ਬੱਚੇ ਕੁਲਦੀਪ ਗੁਰ ਪ੍ਰੀਤ ਅਤੇ ਪਾਲ ਸਿੰਘ ਜਸਵਿੰਦਰ ਕੌਰ ਪਤਨੀ ਸਿੱਖੀ ਨਾਲ ਪਿਆਰ ਹੈ ਦਮਦਮੀ ਟਕਸਾਲ ਵਿੱਚ ਹੋਇਆ ਯੋਧਾ ਭਰਤੀ ਨਾਗੋ ਕੇ ਨਗਰ ਦਾ ਯੋਧਾ ਜਥੇਦਾਰ ਹੈ ਡੀ ਜੀ ਅਟਵਾਲ ਤਾਈ ਸ਼ੇਰ ਨੇ ਸੀ ਸੋਧ ਦਿੱਤਾ ਪੈ ਗਈ ਉਹਦੀ ਧੁੰਮ ਸਾਰੇ ਸੰਸਾਰ ਹੈ ਪੈ ਗਈ ਜਿਹਦੀ ਧੁੰਮ ਵਿੱਚ ਸਾਰੇ ਸੰਸਾਰ ਹੈ ਅੱਜ ਦੇ ਦੀਵਾਨ ਵਿੱਚ ਆਪਣੇ ਸੱਜਣਾ ਮਿੱਤਰਾਂ ਦੇ ਹੁਕਮ ਦੇ ਨਾਲ ਇੱਕ ਕਵਿਤਾ ਕੌਮੀ ਯੋਧੇ ਭਾਈ ਮੇਜਰ ਸਿੰਘ ਨਾਗੋ ਕੇ ਬਾਰੇ ਪੇਸ਼ ਕਰਨ ਲੱਗੇ ਹਾਂ ਇਹ ਕਵਿਤਾ ਸੁਣ ਤੋਂ ਪਹਿਲੋਂ ਇਹ ਵਿਚਾਰਾਂ ਸੁਣ ਤੋਂ ਪਹਿਲੋਂ ਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 June 1984 ਦੀ ਸ਼ਾਮ ਤੱਕ ਹਿੰਦੁਸਤਾਨੀ ਫੌਜਾਂ ਨੇ ਦਰਬਾਰ ਸਾਹਿਬ ਕੰਫਲਸ ਉੱਤੇ ਕਬਜ਼ਾ ਕਰ ਲਿਆ ਦਰਬਾਰ ਸਾਹਿਬ ਉੱਤੇ ਕਬਜ਼ਾ ਕਰਕੇ ਇਸ ਮਾਹੌਲ ਵਿੱਚ ਹਿੰਦੁਸਤਾਨ ਦਾ ਰਾਸ਼ਟਰਪਤੀ ਇੰਦਰਾ ਦੀਆਂ ਚੱਪਲਾਂ ਝਾੜਨ ਵਾਲਾ ਜੈਲੂ 9 ਤਰੀਕ ਨੂੰ ਦਰਬਾਰ ਸਾਹਿਬ ਆਇਆ ਪੈਕੜਮਾ ਵਿੱਚ ਵੜਿਆ ਸੀ ਕਿ ਰਾਮਗੜੀਏ ਬੁੰਗੇ ਵਿੱਚੋਂ ਇੱਕ ਗੋਲੀ ਛੂਕਦੀ ਹੋਈ ਆਈ ਜੈਲੂ ਦੁਸ਼ਟ ਦੇ ਸਿਰ ਵੱਲ ਵਧੀ ਪਰ ਉਹ ਦੁਸ਼ਟ ਬਚ ਗਿਆ ਇਹ ਗੋਲੀ ਜੈਲੂ ਦੇ ਇੱਕ ਬਾਡੀ ਕਟ ਕਰਨਲ ਦੇ ਲੱਗੀ ਉਹ ਉੱਥੇ ਥਾਂ ਤੇ ਢੇਰੀ ਹੋ ਗਿਆ ਵੱਡੀਆਂ ਵੱਡੀਆਂ ਫੜਾਂ ਮਾਰਨ ਵਾਲੇ ਵੈਦਿਆ ਤੇ ਬੜਾਰ ਹੈਰਾਨ ਪਰੇਸ਼ਾਨ ਹੋ ਕੇ ਕਹਿੰਦੇ ਕਿ ਬਣਿਆ ਕੀ ਇਹ ਕਿਹੜਾ ਸੂਰਮਾ ਆ ਗਿਆ ਫਿਰ ਪਤਾ ਲੱਗਾ ਕਿ ਇੱਕ ਸੂਰਮਾ ਅਜੇ ਜੀਂਦਾ ਏ ਤੇ ਉਹ ਲੜਦੇ ਆਏ ਉਹਦਾ ਨਾਂ ਹੈ ਬਾਬਾ ਮੇਜਰ ਸਿੰਘ ਨਾਗੋ ਕੇ ਵਾਲਾ ਸਰਦਾਰ ਦਮਦਮੀ ਟਕਸਾਲ ਦਾ ਯੋਧਾ ਪੂਰੇ 24 ਘੰਟੇ ਉਸਨੇ ਭਾਰਤੀ ਫੌਜ ਕੋਸ਼ਿਸ਼ ਕਰਦੀ ਰਹੀ ਕਿ ਕਿਸੇ ਤਰੀਕੇ ਦੇ ਨਾਲ ਕਿਸੇ ਤਰੀਕੇ ਇਸ ਬਾਬੇ ਨੂੰ ਸ਼ਹੀਦ ਕੀਤਾ ਜਾਵੇ ਪਰ ਜਿਹੜਾ ਅੱਗੇ ਵੱਧਦਾ ਸੀ ਸਿੱਧਾ ਨਰਕਾਂ ਨੂੰ ਭੇਜ ਦਿੰਦਾ ਨਾਗੋ ਕੇ ਵਾਲਾ ਸਰਦਾਰ ਹਿੰਦੁਸਤਾਨੀ ਫੌਜ ਦੇ ਵੱਡੇ ਤੋਂ ਵੱਡੇ ਅਫਸਰ ਵੱਡੇ ਤੋਂ ਵੱਡਾ ਹੱਲਾ ਕਰਵਾਉਂਦੇ ਨੇ ਸਾਰੇ ਹੱਲੇ ਬੇਕਾਰ ਹੋ ਗਏ ਅਖੀਰ 10 June ਦੀ ਦੁਪਹਿਰ ਨੂੰ ਫੌਜ ਨੇ ਰਾਮਗੜੀਆਂ ਦੇ ਬੁੰਗੇ ਵਿੱਚ ਜੂੰਝ ਰਹੇ ਅਣਖੀਲੇ ਸੂਰਮੇ ਤੇ ਜੜੀਲੀ ਗੈਸ ਛੱਡ ਕੇ ਸ਼ਹੀਦ ਕਰਨ ਦੀ ਵਿਉਂਤ ਬਣਾਈ ਜੜੀਲੀ ਗੈਸ ਰਾਮਗੜੀਏ ਬੁੰਗੇ ਵਿੱਚ ਛੱਡੀ ਗਈ ਜਿਸ ਨਾਲ ਬਾਬਾ ਮੇਜਰ ਸਿੰਘ ਨਾਗੋਕੇ ਦੀ ਸ਼ਹੀਦੀ ਪ੍ਰਾਪਤ ਕਰ ਗਏ ਪਰ ਦੁਸ਼ਮਣਾਂ ਨੂੰ ਦੱਸ ਗਏ ਕਿ ਖਾਲਸਾ ਲੜੇਗਾ ਲੜਦਾ ਰਹੇਗਾ ਬਾਬਾ ਜੀ 6 June ਤੋਂ ਬਾਅਦ ਚੁੱਪ ਚਾਪ ਨਿਕਲ ਸਕਦੇ ਸੀ ਬਚਣ ਦੇ ਬੜੇ ਤਰੀਕੇ ਸੀ ਉਹਨਾਂ ਕੋਲੋਂ ਪਰ ਉਹਨਾਂ ਨੇ ਚਮਕੌੜ ਦੀ ਗੜੀ ਦਾ ਇਤਿਹਾਸ ਦਰਾ ਦਿੱਤਾ ਬਾਪੂ ਵੇਖਦਾ ਰਵੀ ਹੁਣ ਬੈਠ ਕੰਡੇ ਕਿਵੇਂ ਤਰਨਗੇ ਜੀਤ ਜਜਾਰ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਵਹਿਣ ਵਿੱਚੋਂ ਕੱਢ ਲਵਾਂਗੇ ਗਵਾਂ ਦੇ ਗੀਤ ਤੇਰੇ ਝੋੜਾ ਕੜੀਆਂ ਕਿਲਾ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ ਇਸ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ ਚਮਕੌੜ ਗੜੀ ਦੇ ਇਤਿਹਾਸ ਨੂੰ ਬਾਬਾ ਮੇਜਰ ਸਿੰਘ ਨਾਗੋਕੇ ਵਾਲਿਆਂ ਨੇ ਦਰਾਇਆ ਭਾਈ ਸੰਗਤ ਸਿੰਘ ਭਾਈ ਜੀਵਨ ਸਿੰਘ ਦੀ ਯਾਦ ਨੂੰ ਤਾਜ਼ਾ ਕਰਵਾ ਦਿੱਤਾ ਤੇ ਆਖਰੀ ਦਮ ਤੱਕ ਜੂੰਝ ਕੇ ਜਿਵੇਂ ਸ਼ਹੀਦੀ ਪਾਈ ਨਿਸ਼ਾਨ ਸਿੰਘ ਚਬਾਲ ਦੇ ਸਾਥੀ ਵੀਰ ਜਰਨੈਲ ਸਿੰਘ ਜੀ ਬੱਤੀ ਵਿੰਡ ਭਾਈ ਕਾਰਜ ਸਿੰਘ ਜੀ ਮਾਲੂਵਾਲ ਭਾਈ ਨਾਨਕ ਸਿੰਘ ਜੀ ਝਬਾਲੀਆਂ ਭੜਾਵਾਂ ਦਾ ਕਮਿਸ਼ਨੀ ਜਥਾ ਉਸ ਵੇਲੇ ਦੇ ਨਕਸ਼ੇ ਨੂੰ ਇਹਨਾਂ ਲੈਣਾ ਦੇ ਰਾਹੀਂ ਇੰਜ ਬਿਆਨ ਕਰਦਾ ਹੈ ਅਕਾਲ ਤਖ਼ਤ ਨੂੰ ਉਡਾ ਕੇ ਜਦੋਂ ਫੌਜਾਂ ਦੁਸ਼ਟ ਜਿੱਤ ਦੇ ਬਿਗਲ ਵਜਾਉਣ ਲੱਗੇ ਸੰਤ ਪਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਕੇ ਜਨਰਲ ਫੌਜ ਦੇ ਜਾਮ ਟਕਰਾਉਣ ਲੱਗੇ ਕਿਸੇ ਆਪੋ ਆਪਣੀ ਝੂਠੀ ਬਹਾਦਰੀ ਦੇ ਆਪਣੇ ਦਰਾਂ ਦੇ ਤਾਈ ਸੁਣਾਉਣ ਲੱਗੇ ਜਨਰਲ ਸ਼ਮੇਗ ਸਿੰਘ ਹੱਥੋਂ ਜੋ ਮਾਰ ਖਾਧੀ ਝੂਠ ਬੋਲ ਕੇ ਉਹਨੂੰ ਪਰਮਾਣ ਲੱਗੇ ਬੱਬਰ
शेर जोदा इक संतां दा कातला प्या अजे निगार दा सी काल तख्त दा बदला लैण दे लई बुंगे अंदरों ओ वंगार दा सी ओ खूई विच उतर के सूर वीर जोदा तीन दिन तक समा गुजार दारा शहीद सिंघा दे डुले खून ताई मोरचे अंदर चातिया मार दारा ओ नागो के वाला मेजर सिंह शेर योदा तत खालसा सोना स्वरूप है सी बाणी अते बाणे दा सदा धारनी पूर्ण गुरसिख ते महाकाल दा रूप है सी उखे पेट गुर शब्द दा जाप करके जेवे केवे सी समा गुजार दारा शहीद सिंघा दा करज चकाउण दे लई मोरचे अंदर चातिया मार दारा जैल सिंह दुष्ट पापी मगर माछ दे हंजू वहाउणे आया काल तख्त नु करके टह तेरी सिख पंथ नु सी परमाउणे आया चाननी करके सिखा दे हृदया नु नमक जखमा उत्ते छड़काउण आया इंदरा पापण दे दित्ते औदया दा गुलाम बन के करज चकाउण आया सूट पैन सिर ते लै छतरी हरमंदर साहब वल जद सी जान लगा शहीद सिंघा दे डुले होए लहु उत्ते पैर तरके रोब दिखाउण लगा मेजर सिंह नागो के जोधे गर सूर मेरे हल्ला फौज उत्ते आकर फिर बोल दिता पापी जैलू बलनू सिर बन के मशीन गन दा फैर सी खोल दिता पावे बच गया पापी हो गोलियां तो पर करनल सी गड्डी कई मौत दी चाड़ दिते कुलदीप बराड़ ते जनरल दयाल दोवें बब्बर शेर योधे ने फिर सी पछाड़ दिते सारी फौज ही उस उत्ते आन पै गई सूर मैं नेड़े ना किसे नू आन देवे मोरचा मल्ले आ बूंगे वे सूर मैंने कमांडो बाज ना कोई भी जान देवे चौवी घंटे भारी सी जोत होया भारती फौज केरा शर्मशार हो गई कर्नल जनरला दे डूब के मरन लगे नागो के सूर में कल्ले ही जाल गार हो गई जरीली सुटी सी कैस जद फौजी आने मोरचे विच सिंह जीओ शहीद हो गए सूरम गदी वेग जोदे उस सूर में दी फौजी जनरल भी कई मरीद हो गए भाई संगत सिंह वांगू जूझ मरना घड़ी चमकौर दा त्यास दुराग आयो काल तख्त दी आन ते शान खातर सीस गुरु नु चट चढ़ा आयो हरमंदर साहिब दी राखी लई निशान सिंघा जिंदगी धर्म दे लेके सी लाग आयो जद आप ही ओदन दान बन गई रण जूज शहीदी लाग आयो रण जूझ शहीदी पाग।